ਹੈ ਵਿਚਾਰੀ ਪਬਲਿਕ ਦਾ ਕੀ ਕਸੂਰ ਹੈਗਾ ਸਰਦਾਰ ਜੀ? ਇਹ ਪਬਲਿਕ ਕਿਹੜੀ ਹੈ? ਬਗਾਨੇ ਮੁਲਕੋਂ ਆਈ ਹੈ, ਸਾਡੀ ਆਪਦੀ ਪਬਲਿਕ ਹੈ, ਤੁਹਾਡੀ ਪਬਲਿਕ ਹੈ, ਤੁਹਾਡੇ ਭੈਣ ਭਰਾ ਇੱਥੇ ਹੈਗੇ ਸਾਡੀ ਹੈ ਜੀ। ਤੁਸੀਂ ਮੈਨੂੰ ਇੱਕ ਵਾਰੀ ਦੱਸਿਆ, ਮੈਂ ਗੱਲ ਕਰਦਾ ਤੁਹਾਡੇ ਨਾਲ, ਇੱਕ ਵਾਰੀ ਵੀ ਦੱਸਿਆ ਸਾਡੇ ਨਾਲ ਗੱਲ ਕੀਤੀ, ਧੰਨਵਾਦ ਮੇਰਾ ਨਾ ਕਰੋ ਤੁਸੀਂ ਮੈਨੂੰ, ਪਰ ਮੇਰੀ ਪਬਲਿਕ ਖਰਾਬ ਹੋ ਰਹੀ ਹੈ ਯਾਰ। ਉਹ ਵਿਚਾਰੇ ਬੱਚੇ ਬੱਸਾਂ ਵਿੱਚ ਤੁਰੇ ਫਿਰਦੇ ਆ, ਕਿੰਨੇ ਵਜੇ ਹੈਗਾ ਐਨਓਸੀ ਤੋਂ ਅਸੀਂ ਸਵਾ ਸਕਦੇ ਆ, ਅਸੀਂ ਹੁਣ ਕਿਹੜਾ ਸਵਾ ਸਕਦੇ ਆ? ਇੱਕ ਮਿੰਟ ਸੁਣੋ ਸਰਦਾਰ ਸਾਹਿਬ ਸੁਣੋ, ਅਰੇ ਸੁਣੋ ਸਰਦਾਰ ਸਾਹਿਬ, ਸੁਣੋ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲਓ, ਸਾਰੇ ਬੱਚਿਆਂ ਦੇ ਪਰਿਵਾਰਾਂ ਵਾਲੇ ਹੈਗੇ ਆ, ਛੋਟੇ ਛੋਟੇ ਬੱਚਿਆਂ ਦਾ ਕੀ ਕਸੂਰ ਹੈ ਯਾਰ? ਜਿਹੜੇ ਅਫਸਰ ਨੇ ਇੱਕ ਵਾਰੀ ਵੀ ਆਏ ਮੇਰੇ ਕੋਲੇ ਸਰਪੰਚ ਕਿੰਨਾ ਦੀ ਖਾਤਰ, ਪਬਲਿਕ ਦੀ ਖਾਤਰ, ਔਰ ਪਬਲਿਕ ਸਾਡੀ ਹਰਾਸ਼ ਹੋ ਰਹੀ ਹੈ ਬਿਨਾਂ ਗੱਲ ਤੋਂ। ਫਿਰ ਤੁਸੀਂ ਉਦੋਂ ਕਿਉਂ ਨੀ ਬੈਠੇ ਯਾਰ ਹੱਲ ਮੈਂ ਕਰਨਾ ਲੰਬੇ ਸਹਿਣ ਕਰਾ ਕਿ ਤੈਨੂੰ ਐਨਓਸੀ ਕਈ ਜਣੇ ਐਨਓਸੀ ਦੜ ਕੇ ਦਵਾ ਦੇ ਰਾਤ ਨੂੰ ਯਾਰ ਪਬਲਿਕ ਵਿਚਾਰੀ ਹਰਾਸ਼ ਹੋ ਰਹੀ ਆ। ਪੱਲੇ ਸ਼ਾਬਾਸ਼ ਤੁਹਾਡੇ, ਹੋਰ ਸੁਣੋ ਕਾਗਜ਼ ਭਰਨਾ ਜਾਂ ਨਾ ਭਰਨਾ ਤੁਹਾਡਾ ਆਪਦਾ ਅਧਿਕਾਰ ਹੈ, ਸਾਡਾ ਕੋਈ ਰੋਲ ਨਹੀਂ। ਕਾਗਜ਼ ਨਹੀਂ ਪੂਰੇ ਹੋਣਗੇ, ਅਸੀਂ ਕੀਤੇ ਪੂਰੇ, ਫਿਰ ਅਸੀਂ ਕੀ ਕਰੀਏ? ਕਮਾਲ ਹੋ ਗਈ ਯਾਰ।
ਦਿਨੇ ਮੇਰੇ ਕੋਲ ਸੀਗੇ ਦਫ਼ਤਰ ਖੁੱਲਣਗੇ ਸਾਰੇ ਦਫ਼ਤਰ ਬੈਠਣਗੇ ਸਾਰੇ ਨਾਲ ਪ੍ਰਧਾਨ ਬਣੋ ਇੱਕ ਬੰਦਾ ਗੱਲ ਕਰ ਰਿਹਾ ਜਦੋਂ ਅੱਡੋ ਅੱਡੀ ਨਾਲ ਪੰਚਾਇਤਾਂ ਖੜੀਆਂ ਕਰੋ ਸਾਡੇ ਲਈ ਕੋਈ ਨਾ ਬੋਲਣਾ ਸੁਣੋ ਦਫ਼ਤਰ ਖੁੱਲਣਗੇ ਹੁਣ ਜ਼ਿਆਦਾ ਕਹਿ ਦੋ ਵੀ ਜਿਹੜਾ ਦਫ਼ਤਰ ਖੁੱਲਣ ਲਓ ਮੈਂ ਚੱਲਦਾ ਨਾਲ ਬੋਲੋ ਮੇਰਾ ਵੀਰ ਥੈਂਕ ਯੂ ਚਲੋ ਜੀ ਮੇਰੇ ਕੋਲ ਲੈ ਗਿਆ ਸਾਡਾ